हेलो, मेरा नाम चौधरी राजेंद्र निजर हैगा ते मैं पंडोरी निजरां दा जट हैगा। जिन्ना चिर तुसी कच्चे प्यो दे नहीं बनदे, पक्के दे नहीं बन सकदे। इसलिए पहला ब्रह्म के बेटे बनो, फिर पार ब्रह्म दे बेटे बनोगे। ब्रह्म के बेटे शब्द पछाता, ते इस करके शब्द की पछाण उन्हूं हुंदा जिहड़ा ब्रह्म दा बेटा होवे। जिहड़े आ सिख कौम कह जांदे ने, वो दो कौमां नहीं हुंदियां। मेरी कौम जट हैगी, ते इस कारण जट पैदा होया, जट मरेगा। सिख जिहड़ा पंथ हैगा, वे ऑफ लाइफ, ये कौम नहीं हैगी। जिहड़े सिख नूं कौम बनाउंदे ना, वो तुसीं अपनी कौम जिहड़ी उह छड्ड दिंदे। छड्ड के तुसीं इक हरामी बनदे आ, जेडे के कंजरी दे पेट च पैदा, ओहदे नाल भी बाध्यता है। इस करके अपना पहला प्यो पछाणो, ते फिर इह दूजा पार ब्रह्म तुहानूं पता लगेगा। इत्थे मैं कर लगा वडहंस महला तीजा। नदरी सतगुर सेवीए, नदर जे ओहदी अकाल पुरख दी नदर होवे, तद सत दा गुर। सत हैगा अबसल्यूट ट्रुथ, ते गुर हैगा ढंग। जेड़ा सत दा गुर दसे उन्हूं सतगुर सतगुर कही देगा। वो तुहाडे अंदर हैगा, तुसी आप लॉजिक रीजनिंग करनी, किसी ने करके नहीं देनी तुहाडे लई। ते कहिंदे वी जेड़ा सतगुर हैगा, ये नदरी जे ओहदी नदर पवे तद ओह मिलदा हैगा। सतगुरु नदरी सतगुरु सेवीए, नदरी सेवा होए, ओहदे नदर नाल ही सेवा हुंदी। नहीं तां आदमी सतगुरु तो आ जाता है, वह फिर सुरती आ जाती है। फिर वह सुरती कई बार पैसे कमाने चला देंगे, माया वाल में चले जाते हैं। वह फिर अपनी सुरती जड़ी उल्टे उल्टे पाए ला देंगे, वह फिर नरकों च जाते हैं। नदरी ए मन वस आवे, नदरी जे ओहदी अकाल पुरख की नदर होवे, कर्म हो तां सतगुरु पाईए। फिर जे नदरी ए मन वस आवे, ਜੇ ਉਹਦੀ ਨਜ਼ਰ ਹੋਵੇ ਤਾਂ ਤੁਹਾਨੂੰ ਉਹ ਨਾਮ ਦਿੰਦਾ ਹੈ। ਨਾਮ ਦੇ ਨਾਲ ਇਹ ਮਨ ਵਾਸੀ ਚ ਆਉਂਦਾ ਹੈਗਾ। ਨਦਰੀ ਮਨ ਨਿਰਮਲ ਹੋਏ, ਉਹਦੇ ਉਹਦੀ ਨਜ਼ਰ ਨਾਲ ਹੀ ਮਨ ਨਿਰਮਲ ਹੁੰਦਾ, ਕਾਮ ਕਰੋ ਲੋਭ ਮੋਹਕਾਰ ਤੋਂ। ਮੇਰੇ ਮਨ ਚੇਤ ਸੱਚਾ ਸੋਈ, ਮੇਰੇ ਮਨ ਇੱਕ ਦੀ ਵਿਚਾਰ ਕਰ, ਉਹਨੂੰ ਹੀ ਚੇਤੇ ਰੱਖ। ਸੱਚਾ ਸੋਈ ਉਹੀ ਸੱਚਾ ਹੈਗਾ। ਏਕੋ ਚੇਤੇ ਤਾਂ ਸੁੱਖ ਪਾਵੇ, ਏਕ ਨੂੰ ਚੇਤੇ ਕਰੇ ਤਦ ਹੈਗਾ। ਜੇ ਤੁਸੀਂ ਦੋ ਚੀਜ਼ਾਂ ਨਾ, ਗੋਡ ਐਂਡ ਮਾਮਨ, ਮਾਮਨ ਹੈਗਾ ਮਨੀ ਪੈਸਾ, ਜੇ ਤੁਸੀਂ ਪੈਸੇ ਨੂੰ ਉਹਦਾ ਕਰਨਾ, ਉਹਨੂੰ ਚੇਤਨਾ ਹੈਗਾ, ਤਾਂ ਤੁਸੀਂ ਅਕਾਲ ਪੁਰਖ ਨੂੰ ਨਹੀਂ ਚੇਤ ਸਕਦੇ। ਕਿਉਂ ਪੈਸਾ ਤੁਸੀਂ ਹੈਗਾ ਬਣਾਉਣਾ, ਲੁੱਟ ਕੇ ਲੋਕਾਂ ਦਾ ਖੂਨ ਪੀਸ ਕੇ, ਜਿਹੜੇ ਹੱਕ ਲਾਲ ਦੀ ਕਮਾਈ ਕਰਦੇ ਅਤੇ ਨਾਲੇ ਦੂਜਿਆਂ ਨੂੰ ਦਇਆ ਕਰਦੇ, ਉਹਨਾਂ ਕੋਲ ਪੈਸਾ ਨਹੀਂ ਹੁੰਦਾ। ਪੈਸਾ ਉਹਨਾਂ ਕੋਲ ਹੁੰਦਾ ਜਿਹੜੇ ਬੇਈਮਾਨ ਹੁੰਦੇ ਨੇ। ਏਕੋ ਚੇਤੇ ਤਾਂ ਸੁੱਖ ਪਾਵੇ, ਫਿਰ ਦੁੱਖ ਨਾ ਮੂਲੇ ਹੋਏ। ਫਿਰ ਜਿਹੜਾ ਦੁੱਖ ਦਾ ਮੂਲ, ਯਾਨੀ ਕਿ ਉਹਦਾ ਨਹੀਂ, ਉਹ ਨਹੀਂ ਦੁੱਖ ਨਹੀਂ ਲੱਗਦਾ। ਜਿੱਦਾਂ ਦੱਸਿਆ ਸੀ ਤੁਹਾਨੂੰ ਕਿ ਜਦੋਂ 1947 'ਚ ਪਾਰਟੀਸ਼ਨ ਵੇਲੇ 2000 ਆਦਮੀ ਆਏ ਸਾਡੇ 'ਤੇ ਹਮਲਾ ਕਰਨ ਲਈ, ਅਤੇ ਉਦੋਂ ਫਿਰ ਫਾਦਰ ਨੇ ਉਹਨਾਂ ਨੂੰ ਦੱਸਿਆ ਵੀ ਅਸੀਂ ਜੱਟਾਂ ਨੇ ਮਰਨਾ, ਤੁਸੀਂ ਅਰਾਈਆਂ ਨੇ। ਅਤੇ ਉਹ ਕਹਿੰਦੇ ਸਾਡੇ ਕੋਈ ਦੁਸ਼ਮਣੀ ਨਹੀਂ ਹੈਗੀ। ਅਤੇ ਉਹ 2000 ਨੂੰ ਕਹਿੰਦੇ ਵੀ ਇਹ ਸਾਡੇ ਮਹਿਮਾਨ ਹੈਗੇ ਨੇ, ਅਤੇ ਇਹਨਾਂ ਨੂੰ ਕੋਈ ਤਕਲੀਫ ਨਹੀਂ ਦੇਣੀ। ਅਤੇ ਉਹਨਾਂ ਨੇ ਕੀਤੀ ਵੀ ਮਹਿਮਾਨਗੀ ਸਾਡੀ। ਇਹਨੂੰ ਕਹਿੰਦੇ ਮੂਲੇ ਹੋਏ, ਇਹਨੂੰ ਮੂਲ ਉਹਦਾ ਮਿਲ ਗਿਆ, ਸੱਤ ਬੋਲਿਆ। ਇਹ 1984 'ਚ ਕਹਿੰਦੇ ਨਾ ਇੰਨੇ ਸਿੱਖ ਮਰ ਗਏ, ਉਹਨਾਂ ਨੂੰ ਪੁੱਛੇ ਸਿੱਖ ਜੰਮਿਆ ਕਦੋਂ ਸੀ ਜਿਹੜਾ ਮਰ ਗਿਆ। ਇਹ ਹੈਗਾ ਕੂੜ, ਕੂੜ ਦਾ ਜਿਹੜਾ ਹੈਗਾ ਨਾ ਨਿਖਾੜਾ, ਉਹ ਸੱਤ ਕਰਦਾ ਹੈਗਾ। ਸਿੱਖ ਜਿਹੜਾ ਨਾਦੀ ਰੂਪ ਹੈਗਾ, ਬੋਲਿਆ ਪਤਾ ਲੱਗਦਾ ਕੀ ਸਿੱਖਿਆ ਹੈਗਾ, ਅਤੇ ਬਿੰਦੀ ਰੂਪ ਨਹੀਂ, ਆਹ ਬਿੰਦੀ ਰੂਪ ਹੈਗਾ। ਰਹਾਓ ਨਦਰੀ ਮਰ ਕੇ ਜੀਵੀਏ, ਨਦਰੀ ਸ਼ਬਦ ਵਸੇ ਮਨ ਆਏ। ਉਹਦੀ ਨਦਰ ਹੋਵੇ ਤਾਂ ਤਦ ਆਦਮੀ ਉਹਨੂੰ ਪਛਾਣਦਾ ਹੈਗਾ, ਅਤੇ ਫਿਰ ਜਦੋਂ ਪਛਾਣਦਾ ਵੀ ਅਸੀਂ ਤਾਂ ਏਕ ਪਿਤਾ ਕੇ ਬਾਲਕ ਹੈਗੇ, ਜਦੋਂ ਤੁਹਾਡੀ ਰੂਹ ਜਿਹੜੀ ਹੈਗੀ ਉਹ ਹੈਗੀ ਸੁਪਰ ਨੈਚੁਰਲ,
ਇਹ ਨੈਚੁਰਲ ਹੈਗਾ। ਉਹ ਸੁਪਰ ਨੈਚੁਰਲ ਰੂਹ ਜਿਹੜੀ ਹੈਗੀ ਸੁਪਰ ਨੈਚੁਰਲ ਫਾਦਰ ਪਾਰ ਬ੍ਰਹਮ ਤੋਂ ਆਉਂਦੀ ਹੈਗੀ। ਅਤੇ ਉਹ ਜੇ ਪਤਾ ਲੱਗ ਜਾ ਵੀ ਇਹ ਰੂਹ ਜਿਹੜੀ ਕਿਸੇ ਇਹ ਭਾਂਡਾ ਹੈਗਾ ਨਾ, ਇਹ ਜੱਟ ਦਾ ਭਾਂਡਾ ਹੈਗਾ, ਕੋਈ ਹੋਇਆ ਖੱਤਰੀ ਹੋਇਆ, ਕੋਈ ਲੁਹਾਰ ਹੋਇਆ, ਤਰਖਾਨ ਹੋਇਆ, ਉਹ ਭਾਂਡੇ ਹੈਗੇ ਨੇ, ਉਹਨਾਂ 'ਚ ਵੀ ਰੂਹ ਉਹੀ ਪਾਈ ਹੋਈ ਉਸੇ ਅਕਾਲ ਪੁਰਖ ਦੀ। ਅਤੇ ਤਦੇ ਹੈਗਾ ਜਿਹੜਾ ਹੈਗਾ ਆਦਮੀ, ਉਹਨੂੰ ਅਕਾਲ ਪੁਰਖ ਦੇ ਸਾਰੇ ਨਜ਼ਰ ਆਉਂਦੇ ਨੇ ਬੰਦੇ, ਵੀ ਸ਼ਕਦੀ ਚੰਗਾ ਕਿ ਮੰਦਾ ਹੈਗਾ। ਅਤੇ ਉਹਨੇ ਜਿਹੜਾ ਨਦਰੀ ਮਰ ਕੇ ਜੀਵੀਏ, ਨਦਰੀ ਉਹਦੇ ਹੋਵੇ ਤਾਂ ਤਦ ਫਿਰ ਪਤਾ ਲੱਗਦਾ ਵੀ ਆਹ ਜਿਹੜਾ ਪਿਓ ਹੈਗਾ ਝੂਠਾ ਹੈਗਾ, ਉਹ ਸੱਚਾ ਪਿਓ ਹੈਗਾ। ਜਦੋਂ ਸੱਚਾ ਪਿਓ ਹੋਵੇ ਤਾਂ ਅਸੀਂ ਸੱਚੇ ਭਰਾ ਇੱਕ ਦੂਜੇ ਦੇ ਬਣ ਜਾਂਦੇ, ਵੀ ਹੈ ਜੀ ਕਿਸੇ ਕੌਮ ਦਾ ਕੋਈ ਆਦਮੀ ਹੋਵੇ। ਨਦਰੀ ਮਰ ਕੇ ਜੀਵੀਏ, ਨਦਰੀ ਸ਼ਬਦ ਵਸੇ ਮਨ ਆਏ, ਫਿਰ ਮਨ ਵਿੱਚ ਸ਼ਬਦ ਆ ਕੇ ਵਸਦਾ ਜਦੋਂ ਇੰਨੀ ਸੁਰਤੀ ਹੁੰਦੀ। ਇਹਨੂੰ ਕਹਿੰਦੇ ਦਵੀਜਾ, ਟਵਾਈਸ ਬੋਰਨ। ਜਿਹੜਾ ਵੰਸ ਬੋਰਨ ਹੁੰਦਾ ਉਹਨੂੰ ਆਪਣੇ ਐਸ ਪਿਓ ਦਾ ਹੀ ਪਤਾ ਹੁੰਦਾ ਵੀ ਮੈਂ ਜੱਟ ਹੈਗਾ, ਮੈਂ ਤਰਖਾਨ, ਲੁਹਾਰ, ਖੱਤਰੀ, ਉਹਨੂੰ ਇਸ ਪਿਓ ਦਾ ਹੀ ਪਤਾ ਹੁੰਦਾ, ਅਕਾਲ ਪੁਰਖ ਦਾ ਨਹੀਂ ਪਤਾ ਹੁੰਦਾ। ਨਦਰੇ ਹੁਕਮ ਬੁੱਝੀਏ, ਹੁਕਮੇ ਰਹੇ ਸਮਾਏ, ਉਹਦੀ ਨਜ਼ਰ ਜੇ ਉਹ ਤੁਹਾਨੂੰ ਦਿੰਦਾ ਤੇ ਤਦ ਤੁਹਾਨੂੰ ਇਹ ਨਾਮ ਮਿਲਦਾ ਹੈਗਾ। ਤੇ ਨਦਰੀ ਹੁਕਮ ਬੁੱਝੀਏ, ਹੁਕਮੇ ਰਹੇ ਸਮਾਏ, ਫਿਰ ਉਹਦੇ ਹੁਕਮ ਵਿੱਚ ਤੁਸੀਂ ਸਮਾਏ ਰਹਿੰਦੇ। ਤੁਸੀਂ ਜਿੰਨਾ ਤੁਸੀਂ ਉਹਦੇ ਸਮਾਓਗੇ ਓਨਾ ਹੀ ਤੁਹਾਨੂੰ ਉਹ ਜ਼ਿਆਦਾ ਦੇਵੇਗਾ, ਫਿਰ ਹੋਰ ਜਿੰਨਾ ਖਰਚੋਗੇ ਮਾਲ ਉਹਦਾ ਓਨਾ ਹੀ ਜ਼ਿਆਦਾ ਵਧੇਗਾ। ਇਹ ਮਾਇਆ ਉਲਟੀ ਹੈਗੀ ਨਾ, ਇਹ ਜਿਹੜੀ ਮਾਇਆ ਹੈਗੀ ਜਿਹੜੀ ਆਪਾਂ ਪੈਸਾ ਕਮਾਈ ਦਾ ਨਾ, ਇਹ ਜਿੰਨਾ ਖਰਚੋਗੇ ਓਨਾ ਘਟੂਗਾ ਤੁਹਾਡੇ, ਇਹ ਉਲਟੀ ਹੈਗੀ। ਇਹ ਜਿੰਨਾ ਤੁਸੀਂ ਖਰਚੋਗੇ ਓਨੀ ਵਧੂਗੀ, ਓਨਾ ਹੀ ਤੁਹਾਨੂੰ ਹੋਰ ਦੇਵੇਗਾ ਅਕਾਲ ਪੁਰਖ, ਜੇ ਤੁਸੀਂ ਉਹਦੇ 'ਤੇ ਸਮਝ ਕੇ ਠੱਪ ਉੱਪਰ ਬਾਲਟੀ ਪਾਤੀ ਢੱਕ ਦਿੱਤਾ ਉਹਨੂੰ, ਫਿਰ ਜਿਹੜਾ ਤੁਹਾਨੂੰ ਦਿੱਤਾ ਨਾ ਉਹ ਵੀ ਲੈ ਜਾਣਾ ਉਹਨੇ, ਵੀ ਤੂੰ ਵਰਤਦਾ ਤਾਂ ਹੈ ਨੀਗਾ, ਦੇ ਲਿਆ ਇੱਧਰ, ਅਤੇ ਉਹ ਫਿਰ ਦੂਏ ਪਾਸੇ ਉਹ ਆਦਮੀ ਘੁੰਮ ਜਾਂਦਾ ਫਿਰ ਦੂਏ ਪਾਸੇ। ਬੁਝੇ ਹੁਕਮ ਰਹੇ ਸਮਾਏ, ਜਿਨ ਜੀਵਾ ਹਰ ਰਸ ਨਾ ਚਾਖਿਓ, ਜਿਹੜੀ ਜੀਵ ਜਿਸ ਨੇ ਰਸ ਨਾ ਚਾਖਿਓ ਯਾਨੀ ਇਹਨੇ ਪ੍ਰਚਾਰ ਨਹੀਂ ਕੀਤਾ, ਬੋਲਿਆ ਨਹੀਂ ਹੈਗਾ, ਸੁਣ ਲਿਆ ਤੇ ਸੁਣ ਕੇ ਤੇ ਚੁੱਪ ਕਰਕੇ ਬਹਿ ਗਿਆ। ਇਹ ਹੈਗਾ ਨਾ ਇੱਦਾਂ ਕਿ ਇਹ ਹੈਗਾ ਨਾ ਕਿ ਜਦੋਂ ਸਤਿਗੁਰੂ ਅੰਗਦ ਦੇਵ ਜੀ ਨੇ ਹੋਮੇ ਮਾਰ ਕੇ ਉਹਨਾਂ ਸੁਰਤੀ ਵਾਲਾ ਕੀਤਾ, ਜਿਹੜੇ ਸੁਰਤੀ ਵਾਲੇ ਸੀ ਉਹ ਸਨਮੁੱਖ ਹੋਏ ਨਾ, ਉਹਨਾਂ ਨੇ ਆ ਸੁਣਿਆ ਪਰ ਬੋਲਿਆ ਨਹੀਂ, ਉਹਨਾਂ ਨੇ ਫਿਰ ਚੱਖਿਆ ਨਹੀਂ ਨਾਮ। ਇਹ ਫਿਰ ਮਨਮੁੱਖ ਵੀ ਬਣ ਸਕਦੇ ਨੇ, ਇਹ ਦੁਬਧਾ ਸੀਗੇ ਨਾ, ਮਨਮੁੱਖ ਜਾਂ ਗੁਰਮੁੱਖ। ਜਿਹੜੇ ਗੁਰਮੁੱਖ ਬਣ ਗਏ ਉਹ ਬੋਲਦੇ ਨੇ, ਸੁਣਦੇ ਵੀ ਤੇ ਬੋਲਦੇ ਵੀ, ਇਹ ਨਾਮ ਚੱਖਦੇ ਨੇ ਗੁਰਮੁੱਖ। ਗੁਰ ਹੁੰਦਾ ਢੰਗ, ਮੁੱਖ ਹੁੰਦਾ ਮੂੰਹ, ਇਹ ਢੰਗ ਨਾਲ ਬੋਲਦੇ ਨੇ, ਲੋਜੀਕਲ ਰੀਜਨਿੰਗ ਨਾਲ ਬੋਲਦੇ, ਆਲ ਪਤਾਲ ਨਹੀਂ ਬੋਲਦੇ, ਇਹ ਗੁਰਮੁੱਖ ਹੁੰਦੇ ਨੇ। ਅਤੇ ਇਹ ਇਹਨਾਂ ਨੂੰ ਨਾਮ ਦਾ ਸਵਾਦ ਚੱਖਿਆ ਹੈਗਾ, ਜਦੋਂ ਚੱਖ ਲੈਂਦੇ ਨੇ ਫਿਰ ਇਹਨਾਂ ਨੂੰ ਬਹੁਤ ਮਿੱਠਾ ਲੱਗਦਾ ਅਤੇ ਹੋਰ ਫਿਰ ਪ੍ਰਚਾਰ ਕਰਦੇ ਨੇ। ਜਿਨ ਜੀਵਾ ਹਰ ਰਸ ਨਾ ਚਾਖਿਓ, ਸਾ ਜੀਵਾ ਜਲ ਜਾਏ, ਉਹ ਸੜ ਜਾਵੇ ਜੀਵ, ਕਿਉਂ ਹੁਣ ਜਿਹੜਾ ਹੈਗਾ ਨਾਮ ਦਾ ਹੈਗਾ ਵੇਲਾ, ਇਸ ਨਾਮ ਦੇ ਵਿੱਚ ਆਦਮੀ ਮੁਕਤੀ ਹਾਸਲ ਕਰਦਾ ਹੈਗਾ, ਅਤੇ ਇਸ ਮੁਕਤੀ ਹਾਸਲ ਕਰਨ ਨੂੰ ਅਤੇ ਆਦਮੀ ਜਲ ਜਾਏ। ਉਹ ਜਿਹੜੇ ਸੀ ਨਾ 40 ਮੁਕਤੇ, ਉਹ ਸੀਗੇ ਮੂਰਖ ਬੇਮੁੱਖ ਖਾਲਸੇ। ਬੇਮੁੱਖ ਮੂਰਖ ਜਿਹੜੇ ਹੁੰਦੇ ਨਾ, ਉਹਨੂੰ ਅਕਾਲ ਪੁਰਖ ਦਾ ਪਤਾ ਨਹੀਂ ਹੁੰਦਾ, ਅਤੇ ਉਹ ਚਲੇ ਗਏ, ਬਣ ਗਏ ਖਾਲਸੇ, ਵੀ ਲੜਾਂਗੇ ਅਤੇ ਉਹ ਲੁੱਟਮਾਰ ਦਾ ਮਾਲ ਲਿਆਵਾਂਗੇ, ਤਾਂ ਉਸ ਬਹੁਤ ਦਿੰਦਾ ਜੀ, ਫਲਾਨੇ ਨੂੰ ਜਗੀਰ ਦੇ ਦਿੱਤੀ, ਫਲਾਨੇ ਨੂੰ ਆਹ ਕਰ ਦਿੱਤਾ ਉਹਨੇ, ਸਾਨੂੰ ਵੀ ਜਗੀਰ ਮਿਲ ਜੂਗੀ ਜੀ। ਅਤੇ ਉਹ ਫਿਰ ਇਸ ਹਿਸਾਬ ਨਾਲ ਗਿਆ ਸੀ ਵੀ ਕੁਛ ਜਗੀਰ ਲਵਾਂਗੇ, ਕੁਛ ਲੁੱਟਮਾਰ ਦਾ ਮਾਲ ਹੋਊਗਾ, ਜਾਂ ਉਹ ਦੇਣਗੇ, ਬਖਸ਼ਣਗੇ। ਅਤੇ ਪਰ ਜਦੋਂ ਉੱਥੇ ਭੁੱਖੇ ਰਹਿਣਾ ਪਿਆ, ਢਿੱਡਣਾ ਪਈਆਂ ਰੋਟੀਆਂ, ਸਭ ਇਹ ਗੱਲਾਂ ਖੋਟੀਆਂ, ਅਤੇ ਉਹ ਫਿਰ ਦਾਵਾ ਦੇ ਕੇ ਆ ਗਿਆ ਸੀ। ਫਿਰ ਉਹਨਾਂ ਨੂੰ ਮੂਰਖਾਂ ਨੂੰ ਜਦੋਂ ਮਾਈ ਭਾਗੋ ਨੇ ਲੱਖ ਲਾਨਤ ਪਾਈ, ਫਿਰ ਉਹ
ਸ਼ਹੀਦੀ ਦੇ ਕੇ ਤਾਂ ਮਾਫ਼ੀ ਮੰਗਿਆ ਸੀ, ਉਹਨਾਂ ਨੂੰ ਮਾਫ਼ੀ ਮਿਲ ਗਈ ਸੀ। ਅਤੇ ਇਸ 40 ਮੁਕਤਿਆਂ ਦਾ ਫਿਰ ਰਾਜ ਰਣਜੀਤ ਸਿੰਘ ਨੂੰ ਦਿੱਤਾ ਸੀ, ਬਰਾੜ ਨੂੰ, ਸੰਧੂ ਬਰਾੜ। ਉਹਨੇ ਫਿਰ ਉਹੀ ਕੀਤੀਆਂ ਮੂਰਖੀਆਂ, ਜਿਹੜੇ ਜੱਟ ਕਰਦੇ ਹੁੰਦੇ ਮੂਰਖਾਂ ਨੇ ਉਲਟੀਆਂ ਕੀਤੀਆਂ ਗੱਲਾਂ, ਜ਼ਮੀਨਾਂ ਲਾਤੀਆਂ ਉਹਨੇ ਗੁਰਦੁਆਰਿਆਂ ਦੇ ਨਾਂ, ਉਹਨਾਂ ਨੂੰ ਫਿਰ ਮਹੰਤ ਬਣਾਤਾ ਲਾਲਚੀ। ਫਿਰ ਉਹਨਾਂ ਮਹੰਤਾਂ ਨੇ ਫਿਰ ਜੱਟ ਮਾਰੇ, ਜਿਹੜੇ ਉੱਥੇ ਗਏ ਸੀ ਉਹਨਾਂ ਨੇ ਵੀ ਮਾਰੇ। ਯਾਨੀ ਕਿ ਦੱਦਾ ਦੋਸ ਨਾ ਦੀਜੀਏ ਦੋਸ ਕਰਮੀ ਆਪਣਿਆ, ਜੋ ਮੈਂ ਕਿਹਾ ਸੋ ਮੈਂ ਪਾਇਆ, ਦੋਸ ਨਾ ਦੀਜੀਏ ਅਵਰਜਨ। ਉੱਥੇ ਸਾਡੇ ਪਿੰਡ ਸੀ ਧਨੂਆ ਨਾ, ਉੱਥੋਂ ਵੀ 6 ਕੁ ਗਏ ਸੀਗੇ ਨਨਕਾਣਾ ਸਾਹਿਬ, ਜਿਹੜੇ ਸ਼ਹੀਦ ਹੋਏ ਸੀ। ਅਨਰਸ ਸਾਦੇ ਲੱਗ ਰਹੀ, ਦੁੱਖ ਪਾਇਆ ਦੂਜੇ ਪਾਏ। ਅਨਰਸ ਹੋਰ ਰਸ, ਯਾਨੀ ਕਿ ਜਿਹੜਾ ਜੀਭ ਦਾ ਰਸ, ਜਿਹੜਾ ਇੱਕ ਖਾਣ ਪੀਣ ਦਾ ਜਿਹੜਾ ਹੁੰਦਾ ਨਾ, ਬੇਈਮਾਨ ਆਦਮੀ ਲਾਲਚੀ ਉਹ ਹਿਪੋਕ੍ਰੇਟ ਹੁੰਦਾ ਹੈਗਾ, ਪਖੰਡੀ ਹੁੰਦਾ। ਉਹਨੇ ਬਾਣਾ ਬੂਣਾ ਪਾ ਕੇ ਪਖੰਡੀਆਂ ਦਾ ਜਿੱਦਾਂ ਆ ਜਾਂਦੇ ਗੁਰਦੁਆਰੇ 'ਚ, ਜੇ ਉੱਥੇ ਜੇ ਗੁਰਦੁਆਰੇ ਮੈਂ ਹੋਸਪਿਟਲ ਬਣਾਉਣਾ ਪੈਸੇ ਦਿਓ, ਅਤੇ ਪੈਸੇ ਜਮ੍ਹਾਂ ਲੈ ਕੇ ਥੋੜ੍ਹੇ ਜਿਹੇ ਲਾ ਦੇਣਗੇ, ਬਾਕੀ ਦੇ ਆਪ ਕਾਰਾਂ 'ਚ ਫਿਰਦੇ ਨੇ, ਇੱਥੇ ਖਰਚ ਹੋ ਗਿਆ ਜੀ ਉੱਥੇ ਖਰਚ ਹੋ ਗਿਆ। ਅਤੇ ਉਹ ਹੈਗਾ ਨਾ ਅਨਰਸ, ਉਹਨਾਂ ਦਾ ਜਿਹੜਾ ਰਸ ਹੈਗਾ ਦੁਨਿਆਵੀ ਹੈਗਾ, ਜੀਵ ਉਹਨਾਂ ਦਾ ਦੂਆ ਰਸ ਨਹੀਂ ਹੈਗਾ ਜਿਹੜਾ ਹੈਗਾ ਕਿ ਗੁਰਮੁਖਾਂ ਦਾ। ਅਨਰਸ ਸਾਦੇ ਲੱਗ ਰਹੀ, ਦੁੱਖ ਪਾਇਆ, ਉੱਥੇ ਫਿਰ ਦੁੱਖ ਪਾਉਂਦੇ ਦੂਜੇ ਪਾਏ, ਉਹ ਦੂਜੇ ਮਾਇਆ ਦੇ ਮਗਰ ਲੱਗ ਗਏ ਨਾ, ਉਹ ਫਿਰ ਦੁੱਖ ਪਾਉਂਦੇ ਨੇ। ਸਭਨਾ ਨਦਰ ਏਕ ਹੈ, ਆਪੇ ਫਰਕ ਕਰਾਏ। ਕਹਿੰਦੇ ਵੀ ਜਿਹੜੇ ਉਹਦੀ ਨਜ਼ਰ ਸਾਰਿਆਂ 'ਤੇ ਇੱਕੋ ਹੀ ਹੈਗੀ, ਅਤੇ ਉਹਦੇ 'ਚ ਹੈਗਾ ਵੀ ਆਪੇ ਫਰਕ ਕਰਾਏ, ਆਪੇ ਜਿਹੜੇ ਹੈਗੇ ਨੇ। ਕਈ ਲੋਕ ਮਾਇਆ ਵੱਲ ਨੂੰ ਦੌੜ ਜਾਂਦੇ ਨੇ, ਕਈ ਜਾਂਦੇ ਨੇ ਉੱਧਰ। ਇਹ ਹੈਗਾ ਨਾ ਸਤਿਗੁਰੂ ਅਮਰਦੇਵ ਜੀ ਦੁਬਦਾ ਭੰਨ, ਦੁਬਦਾ ਦੇ ਹੈਗੇ ਨਾ ਭੰਨਣ ਵਾਲੇ, ਅਤੇ ਇਸ ਕਰਕੇ ਕਹਿੰਦੇ ਵੀ ਜਿਹੜਾ ਜਿਹਨਾਂ ਨੂੰ ਸੁਰਤੀ ਦਿੱਤੀ ਸੀਗੀ ਉਹਨਾਂ ਸਾਰਿਆਂ 'ਤੇ ਇੱਕੋ ਹੀ ਨਜ਼ਰ ਹੈਗੀ। ਅਤੇ ਇੱਥੇ ਹੈਗਾ ਨਾ ਵੀ ਸਤਿਗੁਰੂ ਅੰਗਦ ਦੇਵ ਜੀ ਸੁਰਤੀ ਵਾਲੇ ਹੋ ਗਏ, ਇੱਥੇ ਦੁਬਦਾ ਹੈਗੀ ਨਾ, ਇੱਥੇ ਇਹਨਾਂ ਨਜ਼ਰ ਇੱਕੋ ਹੀ ਹੈਗੀ, ਦੋਨਾਂ 'ਤੇ ਇੱਕੋ ਹੀ ਹੈਗੀ। ਜਿਹੜਾ ਮਨਮੁੱਖ ਬਣ ਗਿਆ ਪ੍ਰਿਥੀ ਚੰਦ ਸੀਗਾ ਉਹਦੇ 'ਤੇ ਵੀ ਨਜ਼ਰ ਸੀਗੀ, ਅਤੇ ਜਿਹੜਾ ਗੁਰਮੁਖ ਬਣ ਗਿਆ ਸਤਿਗੁਰ ਅਰਜਨ ਦੇਵ ਜੀ ਉਹਦੇ 'ਤੇ ਵੀ ਉਹੀ ਨਜ਼ਰ ਸੀਗੀ। ਸਤਿਗੁਰ ਅਰਜਨ ਦੇਵ ਜੀ ਬਣ ਗਏ ਗੁਰਮੁਖ ਬਣ ਗਏ, ਉਹ ਮਨਮੁੱਖ ਬਣ ਗਿਆ ਸੀ ਪ੍ਰਿਥੀ ਚੰਦ। ਅਤੇ ਇਹ ਹੈਗਾ ਫਿਰ ਉਹਨਾਂ ਗੁਰਮੁਖ ਨੇ ਫਿਰ ਆਪਣਾ ਅਕਾਲ ਪੁਰਖ ਨੇ ਉਹਨੂੰ ਉੱਪਰ ਚੱਕ ਲਿਆ, ਹੱਥ ਕੱਢ ਕੇ ਆ ਜਾ ਵੀ ਉੱਪਰ, ਫਿਰ ਉਹ ਬਣ ਗਏ ਉਹਦੇ ਟੰਡੋਰਚੀ। ਨਾਨਕ ਸਤਿਗੁਰ ਮਿਲੀਏ, ਫਲ ਪਾਇਆ ਨਾਮ ਵਡਾਈ ਦੇ। ਕਹਿੰਦੇ ਵੀ ਸਤਿਗੁਰ ਨਾਨਕ ਕਹਿੰਦੇ ਵੀ ਸਤਿਗੁਰ ਜੇ ਮਿਲਿਆ ਨਾ ਤਾਂ ਤੁਹਾਨੂੰ ਇੱਕ ਸਾਧਨ ਬਣ ਜਾਂਦਾ ਫਲ ਪਾਉਣ ਦਾ। ਪਾਇਆ ਨਾਮ ਵਡਾਈ, ਉਹਦਾ ਨਾਮ ਵੱਡਾ ਤੁਸੀਂ ਫਿਰ ਪਾਉਂਦੇ ਹੈਗੇ ਆ। ਹੈਲੋ, ਹਾਂਜੀ, ਹਾਂ ਹੈਗੇ, ਆ ਗਏ ਨੇ।